लुधियाने विच सिंगर सिमर दुराहा दी वीडियो दे विच गुंडागर्दी दा मामला वेखणी आउण ते दुराहा पुलिस ने उसनूं थाने दे विच बुलाया। गायक दे खिलाफ ढाबा संचालक दे कर्मचारी सूरज ने थाने दे विच शिकायत दर्ज करवाई सी। सिंगर दुराहा तो संपर्क करके पुलिस ने उसनूं थाने दे विच पेश होण लई कहा। ढाबे दे विच लगे सीसीटीवी कैमरियां दी वीडियो दे विच दिख रहा है कि सिमर किस तरीके नाल कर्मचारी दे नाल कुटमार करदा है, समान बिखेरदा दिखाई दे रहा है। ढाबे ते काम करन वाले सूरज ने दस्या है कि एक व्यक्ति उसकी दुकान ते आया सी। व्यक्ति ढाबा मालक दे जाण तो बाद उसनूं कुछ समान लैके गया। करीब एक घंटे बाद ਉਹ ਦੁਬਾਰਾ ਵਾਪਸ ਆਇਆ ਅਤੇ ਕਿਹਾ ਕਿ ਉਸਨੂੰ ਘੱਟ ਸਮਾਨ ਦਿੱਤਾ ਗਿਆ ਹੈ ਅਤੇ ਉਸਨੂੰ ਪੂਰਾ ਸਮਾਨ ਦਿੱਤਾ ਜਾਵੇ, ਜਿਸ 'ਤੇ ਸੂਰਜ ਨੇ ਕਿਹਾ ਕਿ ਉਸਨੂੰ ਪੂਰਾ ਸਮਾਨ ਦਿੱਤਾ ਗਿਆ। ਵਿਅਕਤੀ ਜਿੱਦ 'ਤੇ ਅੜ ਜਾਂਦਾ ਹੈ। ਕੈਮਰਾ ਚੈੱਕ ਕਰਵਾਓ, ਸੂਰਜ ਨੇ ਦੱਸਿਆ ਕਿ ਕੈਮਰੇ ਸਿਰਫ਼ ਮਾਲਕ ਹੀ ਚੈੱਕ ਕਰਵਾ ਸਕਦੇ ਨੇ ਅਤੇ ਉਸਨੇ ਮਾਲਕ ਦੇ ਆਉਣ 'ਤੇ ਸਿਮਰ ਨੂੰ ਦੁਬਾਰਾ ਆਉਣ ਨੂੰ ਆਖਿਆ। ਇਹਨਾਂ ਕਹਿੰਦੇ ਹੀ ਗਾਇਕ ਸਿਮਰ ਭੜਕ ਉੱਠਿਆ ਅਤੇ ਉਸ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਢਾਬੇ ਦੇ ਜਿਹੜੇ ਕਰਮੀ 'ਤੇ ਹਮਲਾ ਵੀ ਕੀਤਾ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਵਿਅਕਤੀ ਸਿੰਗਰ ਹੈ ਜਿਹੜਾ ਸਿਮਰ ਦੁਰਾਹਾ ਹੈ ਅਤੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਲੁਧਿਆਣੇ ਵਿੱਚ ਸਿੰਗਰ ਸਿਮਰ ਦੁਰਾਹਾ ਦੀ ਵੀਡੀਓ ਦੇ ਵਿੱਚ ਗੁੰਡਾਗਰਦੀ ਦਾ ਮਾਮਲਾ ਵੇਖਣੀ ਆਉਣ 'ਤੇ ਦੁਰਾਹਾ ਪੁਲਿਸ ਨੇ ਉਸਨੂੰ ਥਾਣੇ ਦੇ ਵਿੱਚ ਬੁਲਾਇਆ। ਗਾਇਕ ਦੇ ਖਿਲਾਫ਼ ਢਾਬਾ ਸੰਚਾਲਕ ਦੇ ਕਰਮਚਾਰੀ ਸੂਰਜ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸਿੰਗਰ ਦੁਰਾਹਾ ਤੋਂ ਸੰਪਰਕ ਕਰਕੇ ਪੁਲਿਸ ਨੇ ਉਸਨੂੰ ਥਾਣੇ ਦੇ ਵਿੱਚ ਪੇਸ਼ ਹੋਣ ਲਈ ਕਿਹਾ। ਢਾਬੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਸਿਮਰ ਕਿਸ ਤਰੀਕੇ ਨਾਲ ਕਰਮਚਾਰੀ ਦੇ ਨਾਲ ਕੁੱਟਮਾਰ ਕਰਦਾ ਹੈ, ਸਮਾਨ ਬਿਖੇਰਦਾ ਦਿਖਾਈ ਦੇ ਰਿਹਾ। ਢਾਬੇ 'ਤੇ ਕੰਮ ਕਰਨ ਵਾਲੇ ਸੂਰਜ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਉਸਦੀ ਦੁਕਾਨ 'ਤੇ ਆਇਆ ਸੀ। ਵਿਅਕਤੀ ਢਾਬਾ ਮਾਲਕ ਦੇ ਜਾਣ ਤੋਂ ਬਾਅਦ ਉਸਨੂੰ ਕੁਝ ਸਮਾਨ ਲੈ ਕੇ ਗਿਆ। ਕਰੀਬ ਇੱਕ ਘੰਟੇ ਬਾਅਦ ਉਹ ਦੁਬਾਰਾ ਵਾਪਸ ਆਇਆ ਅਤੇ ਕਿਹਾ ਕਿ ਉਸਨੂੰ ਘੱਟ ਸਮਾਨ ਦਿੱਤਾ ਗਿਆ ਹੈ ਅਤੇ ਉਸਨੂੰ ਪੂਰਾ ਸਮਾਨ ਦਿੱਤਾ ਜਾਵੇ, ਜਿਸ 'ਤੇ ਸੂਰਜ ਨੇ ਕਿਹਾ ਕਿ ਉਸਨੂੰ ਪੂਰਾ ਸਮਾਨ ਦਿੱਤਾ ਗਿਆ। ਵਿਅਕਤੀ ਜਿੱਦ 'ਤੇ ਅੜ ਜਾਂਦਾ ਹੈ। ਕੈਮਰਾ ਚੈੱਕ ਕਰਵਾਓ, ਸੂਰਜ ਨੇ ਦੱਸਿਆ ਕਿ ਕੈਮਰੇ ਸਿਰਫ਼ ਮਾਲਕ ਹੀ ਚੈੱਕ ਕਰਵਾ ਸਕਦੇ ਨੇ ਅਤੇ ਉਸਨੇ ਮਾਲਕ ਦੇ ਆਉਣ 'ਤੇ ਸਿਮਰ ਨੂੰ ਦੁਬਾਰਾ ਆਉਣ ਨੂੰ ਆਖਿਆ। ਇਹਨਾਂ ਕਹਿੰਦੇ ਹੀ ਗਾਇਕ ਸਿਮਰ ਭੜਕ ਉੱਠਿਆ ਅਤੇ ਉਸ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਢਾਬੇ ਦੇ ਜਿਹੜੇ ਕਰਮੀ 'ਤੇ ਹਮਲਾ ਵੀ ਕੀਤਾ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਵਿਅਕਤੀ ਸਿੰਗਰ ਹੈ ਜਿਹੜਾ ਸਿਮਰ ਦੁਰਾਹਾ ਹੈ ਅਤੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਲੁਧਿਆਣੇ ਵਿੱਚ ਸਿੰਗਰ ਸਿਮਰ ਦੁਰਾਹਾ ਦੀ ਵੀਡੀਓ ਦੇ ਵਿੱਚ ਗੁੰਡਾਗਰਦੀ ਦਾ ਮਾਮਲਾ ਵੇਖਣੀ ਆਉਣ 'ਤੇ ਦੁਰਾਹਾ ਪੁਲਿਸ ਨੇ ਉਸਨੂੰ ਥਾਣੇ ਦੇ ਵਿੱਚ ਬੁਲਾਇਆ। ਗਾਇਕ ਦੇ ਖਿਲਾਫ਼ ਢਾਬਾ ਸੰਚਾਲਕ ਦੇ ਕਰਮਚਾਰੀ ਸੂਰਜ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸਿੰਗਰ ਦੁਰਾਹਾ ਤੋਂ ਸੰਪਰਕ ਕਰਕੇ ਪੁਲਿਸ ਨੇ ਉਸਨੂੰ ਥਾਣੇ ਦੇ ਵਿੱਚ ਪੇਸ਼ ਹੋਣ ਲਈ ਕਿਹਾ। ਢਾਬੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਸਿਮਰ ਕਿਸ ਤਰੀਕੇ ਨਾਲ ਕਰਮਚਾਰੀ ਦੇ ਨਾਲ ਕੁੱਟਮਾਰ ਕਰਦਾ ਹੈ, ਸਮਾਨ ਬਿਖੇਰਦਾ ਦਿਖਾਈ ਦੇ ਰਿਹਾ। ਢਾਬੇ 'ਤੇ ਕੰਮ ਕਰਨ ਵਾਲੇ ਸੂਰਜ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਉਸਦੀ ਦੁਕਾਨ 'ਤੇ ਆਇਆ ਸੀ। ਵਿਅਕਤੀ ਢਾਬਾ ਮਾਲਕ ਦੇ ਜਾਣ ਤੋਂ ਬਾਅਦ ਉਸਨੂੰ ਕੁਝ ਸਮਾਨ ਲੈ ਕੇ ਗਿਆ। ਕਰੀਬ ਇੱਕ ਘੰਟੇ ਬਾਅਦ ਉਹ ਦੁਬਾਰਾ ਵਾਪਸ ਆਇਆ ਅਤੇ ਕਿਹਾ ਕਿ ਉਸਨੂੰ ਘੱਟ ਸਮਾਨ ਦਿੱਤਾ ਗਿਆ ਹੈ ਅਤੇ ਉਸਨੂੰ ਪੂਰਾ ਸਮਾਨ ਦਿੱਤਾ ਜਾਵੇ, ਜਿਸ 'ਤੇ ਸੂਰਜ ਨੇ ਕਿਹਾ ਕਿ ਉਸਨੂੰ ਪੂਰਾ ਸਮਾਨ ਦਿੱਤਾ ਗਿਆ। ਵਿਅਕਤੀ ਜਿੱਦ 'ਤੇ ਅੜ ਜਾਂਦਾ ਹੈ। ਕੈਮਰਾ ਚੈੱਕ ਕਰਵਾਓ, ਸੂਰਜ ਨੇ ਦੱਸਿਆ ਕਿ ਕੈਮਰੇ ਸਿਰਫ਼ ਮਾਲਕ ਹੀ ਚੈੱਕ ਕਰਵਾ ਸਕਦੇ ਨੇ ਅਤੇ ਉਸਨੇ ਮਾਲਕ ਦੇ ਆਉਣ 'ਤੇ ਸਿਮਰ ਨੂੰ ਦੁਬਾਰਾ ਆਉਣ ਨੂੰ ਆਖਿਆ। ਇਹਨਾਂ ਕਹਿੰਦੇ ਹੀ ਗਾਇਕ ਸਿਮਰ ਭੜਕ ਉੱਠਿਆ ਅਤੇ ਉਸ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਢਾਬੇ ਦੇ ਜਿਹੜੇ ਕਰਮੀ 'ਤੇ ਹਮਲਾ ਵੀ ਕੀਤਾ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਵਿਅਕਤੀ ਸਿੰਗਰ ਹੈ ਜਿਹੜਾ ਸਿਮਰ ਦੁਰਾਹਾ ਹੈ ਅਤੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।